ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਨਸ਼ੇ ਦੇ ਸਮਗਲਰਾਂ ਖਿਲਾਫ ਵਿੱਢੀ ਮੁਹਿੰਮ ਦੇ ਅਧੀਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਦੌਰਾਨ ਦੋ ਸਮਗਲਰਾਂ ਨੂੰ ਨਜਾਇਜ਼ ਸ਼ਰਾਬ ਦੀਆਂ 175 ਪੇਟੀਆਂ ਕੁੱਲ 2100 ਬੋਤਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਵਿੱਚ ਵੱਖ-ਵੱਖ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ 2 ਮੋਟਰਸਾਈਕਲਾਂ, 9 ਤੋਲੇ ਸੋਨਾ, 24,000 ਰੁਪਏ ਦੀ ਨਕਦੀ ਸਣੇ ਗ੍ਰਿਫਤਾਰ ਕੀਤਾ। ਪ੍ਰੈਸ ਕਾਨਫਰੰਸ ਦੌਰਾਨ DSP ਅਮਲੂ ਮਨਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਮੰਡੀ ਗੋਬਿੰਦਗੜ੍ਹ ਦੇ SHO ਸੁਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ GT ਰੋਡ ਤੇ ਸਰਾਂਤ ਸਾਈਡ ਪੈਂਦੇ ਯੈਸ ਬੈਂਕ ਨੇੜੇ ਨਾਕਾਬੰਦੀ ਦੇ ਦੌਰਾਨ ਮਹਿੰਦਰਾ ਪਿਕਅਪ ਗੱਡੀ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ। ਜਦਕਿ ਮੁਹੱਲਾ ਨਸਰਾਲੀ ਨੇੜੇ ਪੁਲਿਸ ਪਾਰਟੀ ਵੱਲੋਂ ਕੀਤੀ ਨਾਕੇਬੰਦੀ ਦੇ ਦੌਰਾਨ ਇੱਕ ਮਾਰੂਤੀ ਕਾਰ ਵਿੱਚੋਂ 20 ਪੇਟੀ ਦੇਸੀ ਸ਼ਰਾਬ ਬਰਾਮਦ ਕੀਤੀਆਂ ਗਈਆਂ ਅਤੇ ਕਾਰ ਚਾਲਕ ਮੁਹੰਮਦ ਬਸ਼ੀਰ ਵਾਸੀ ਗੋਬਿੰਦਗੜ੍ਹ ਤੋਂ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ਤੇ 55 ਪੇਟੀ ਦੇਸੀ ਸ਼ਰਾਬ ਦੀਆਂ ਹੋਰ ਬਰਾਮਦ ਹੋਈਆਂ ਨੇ। DSP ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਦੋਵੇਂ ਸਮਗਲਰਾਂ ਨੇ ਕਬੂਲਿਆ ਕਿ ਉਹ ਚੰਡੀਗੜ੍ਹ ਦੇ ਏਰੀਏ ਵਿੱਚੋਂ ਸ਼ਰਾਬ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਨੇ, ਜਿਨ੍ਹਾਂ ਦੇ ਖਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੈਡਮ ਦੇ ਸਾਡੀ ਜੋ ਮੂਵਿੰਗ ਵਿੱਢੀ ਸੀ ਨਸ਼ਿਆਂ ਦੇ ਖਿਲਾਫ਼ ਅਤੇ ਮਾੜੇ ਅਨਸਰਾਂ ਦੇ ਖਿਲਾਫ਼, ਉਹਨਾਂ ਦੇ ਤਹਿਤ ਕਾਰਵਾਈ ਕਰਦਾ SHO ਗੋਬਿੰਦਗੜ੍ਹ ਸੁਖਬੀਰ ਸਿੰਘ ਅਤੇ ਸਬ ਇੰਸਪੈਕਟਰ ਆਪਣੇ ਅਮਨਦੀਪ ਸਿੰਘ ਅਤੇ ਕੇਵਲ ਸਿੰਘ ਨੇ ਕਾਰਵਾਈ ਕਰਦੇ ਹਾਂ। ਇਹਦੇ 'ਚ 2 ਮੁਜਰਮ ਫੜੇ ਨੇ, ਜਿਨ੍ਹਾਂ ਵਿੱਚੋਂ ਇੱਕ ਮੁਜਰਮ ਜਿਹੜਾ ਹੈਗਾ ਰਾਜੂ, ਜੋ ਕਿ ਢੰਡਾਰੀ ਕਲਾਂ ਦਾ, ਉਹਦੇ ਕੋਲੋਂ 100 ਪੇਟੀ ਸ਼ਰਾਬ ਫੜੀ ਗਈ ਦੌਰਾਨੇ ਨਾਕਾ ਅਤੇ ਆਪਣੇ ਯੈਸ ਬੈਂਕ ਦੇ ਕੋਲ। ਦੂਸਰਾ ਸੀ ਰੂਰਲ ਦੇ ਵਿੱਚ ਜਦੋਂ ਗਸ਼ਤ ਕਰਦੇ ਸੀ ਉੱਥੇ ਦੌਰਾਨੇ ਨਾਕਾ ਇਹਨਾਂ ਨੇ ਫੜੀ ਸੀਗੀ ਆਪਣੀ ਨਸਰਾਲੀ ਦੇ ਅੰਡਰ ਬ੍ਰਿਜ ਦੇ ਕੋਲ, ਉਹਦੇ ਕੋਲੋਂ ਆਪਣੀਆਂ 75 ਪੇਟੀਆਂ ਕਰੀਬ ਹੋਈਆਂ ਜੋ ਕਿ ਆਪਣੀਆਂ ਦੇਸੀ ਦੀਆਂ ਸੀਗੀਆਂ। ਜੋ ਢੰਡਾਰੀ ਕਲਾਂ ਵਾਲੇ ਕੋਲ ਹੈ ਉਹ ਸਾਰੀ ਅੰਗਰੇਜ਼ੀ ਸ਼ਰਾਬ ਸੀਗੀ, ਵੈਟ ਅਤੇ ਦੂਸਰੀ ਆਪਣੀ ਬੋਟਮ ਸਭ। ਇਹ ਚੰਡੀਗੜ੍ਹ ਤੋਂ ਇਨੀਸ਼ੀਅਲ ਪੁੱਛਗਿੱਛ ਲੈ ਕੇ ਆਇਆ ਵੀ ਜੋ ਮੰਨੇ ਨੇ ਉਹ ਤਾਂ ਚੰਡੀਗੜ੍ਹ ਤੋਂ ਉੱਧਰ ਸਾਈਡ ਤੋਂ ਬਲੈਕ ਕਰਦੇ ਨੇ ਅਤੇ ਇਹਨਾਂ ਦੇ ਮੁਹੰਮਦ ਦੇ ਉੱਪਰ ਪਹਿਲਾਂ ਵੀ ਹੈਗਾ ਜੋ ਗੋਬਿੰਦਗੜ੍ਹ ਹੀ ਹੈ, 35 ਪੇਟੀਆਂ ਦਾ ਦਰਜਾ ਅਤੇ ਉਹਦੇ 'ਚੋਂ ਬਾਹਰ ਆਇਆ ਸੀਗਾ ਜਮਾਨਤ 'ਤੇ। ਅਸੀਂ ਪ੍ਰੋਪਰ ਗਸ਼ਤਾਂ ਬਾਹਰ ਕੱਢੀਆਂ ਹੋਈਆਂ। ਪਿਛਲੇ ਹਫ਼ਤੇ ਵੀ ਅਸੀਂ ਸ਼ਾਇਦ ਸਬ ਡਿਵੀਜ਼ਨ ਦੇ ਵਿੱਚ ਅਸੀਂ ਆਹ ਮਹੀਨੇ ਦੇ ਵਿੱਚ 5-10 ਪਰਚੇ ਦੇ ਚੁੱਕੇ ਹਾਂ ਅਤੇ ਤਕਰੀਬਨ 500 ਪੇਟੀ ਅਸੀਂ ਆਹ 1.5 ਮਹੀਨੇ 'ਚ ਰਿਕਵਰ ਕਰ ਲਈ ਅਤੇ ਕਾਰਵਾਈ ਸਖ਼ਤ ਕੀਤੀ ਜਾ ਰਹੀ ਹੈ। ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ, ਤੁਸੀਂ ਇਨਫੋਰਮੇਸ਼ਨ ਦਿਓ ਜਾਂ ਲੋਕ ਦੇ ਰਹੇ ਨੇ, ਅਸੀਂ ਉੱਥੇ ਕਾਰਵਾਈ ਕਰ ਰਹੇ ਹਾਂ, ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ। ਸਾਨੂੰ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਅਸੀਂ ਇਮੀਡੀਏਟਲੀ ਕਾਰਵਾਈ ਕਰ ਰਹੇ ਜੀ ਉੱਥੇ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।